ਸ਼੍ਰੀਮਾਨ ਐਸਐਸਪੀ ਅਵਨੀਤ ਕੁੰਡਲ ਆਈਪੀਐਸ ਐਸਐਸਪੀ ਖੰਨਾ ਦੇ ਰਹਿਮਰਾਈ ਥੱਲੇ ਲਗਾਤਾਰ ਜਿਹੜੇ ਅਗੇਂਸਟ ਡਰੱਗ ਵਾਰ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਕੱਲ੍ਹ ਐਸਐਚਓ ਸਿਟੀ 1 ਦੀ ਟੀਮ ਨੇ ਏਐਸਏ ਹਾਕਮ ਸਿੰਘ ਨੇ ਨਾਕਾ ਲਾਇਆ ਹੋਇਆ ਸੀਗਾ ਐਚਪੀ ਪੈਟਰੋਲ ਪੰਪ ਦੇ ਕੋਲ ਨੇੜੇ ਸ਼ਿਵ ਮੰਦਿਰ 'ਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ 3 ਬੰਦੇ ਟਰੱਕ ਦੇ ਵਿੱਚ ਭੁੱਕੀ ਲੈ ਕੇ ਆ ਰਹੇ ਨੇ ਤਾਂ ਇਮੀਡੀਏਟਲੀ ਉਹਨਾਂ ਨੇ ਐਫਆਈਆਰ ਦਰਜ ਕਰਕੇ ਇਹਨਾਂ ਨੂੰ ਰਾਊਂਡ ਅਪ ਕੀਤਾ ਅਤੇ ਉਹਨਾਂ 'ਚੋਂ 40 ਕਿਲੋ ਦੇ ਲਗਭਗ ਭੁੱਕੀ ਬਰਾਮਦ ਹੋਈ ਹੈ ਜਿਸ 'ਤੇ ਮੁਕੱਦਮਾ ਨੰਬਰ 52/10/4/24 ਨੂੰ ਅੰਡਰ ਸੈਕਸ਼ਨ 15/85 ਐਨਡੀਪੀਐਸ ਐਕਟ ਦਰਜ ਕੀਤਾ। ਇਹ ਕੈਮੀਕਲ ਨਾਲ ਭਰਿਆ ਹੋਇਆ ਟਰੱਕ ਸੀ, ਇਹਦੇ 'ਚੋਂ ਤਕਰੀਬਨ ਕੈਮੀਕਲ ਦੀਆਂ 1200 ਬੋਰੀ ਰੱਖੀ ਹੋਈ ਸੀ, ਵਿੱਚ ਹੀ ਇਹਨਾਂ ਨੇ ਉੱਪਰ ਕੈਬਨ ਦੇ ਲੁਕੋਗ ਕੇ 40 ਕਿਲੋ ਭੁੱਕੀ ਲੈ ਕੇ ਆ ਰਹੇ ਸੀ ਵੀ ਉਹਦੀ ਆੜ 'ਚ ਅਸੀਂ ਭੁੱਕੀ ਵੀ ਲੈ ਜਾਈਏ। ਇੱਕ ਤਾਂ ਹੈਗਾ ਇਹਨਾਂ 'ਚੋਂ 70 ਸਾਲ ਦਾ ਮੁਲਾਗਰ ਸਿੰਘ ਹੈਗਾ, ਇਹ 70 ਸਾਲ ਦਾ ਹੈਗਾ। ਇੱਕ ਇੰਦਰਜੀਤ ਹੈਗਾ ਉਹ 50 ਸਾਲ ਦਾ, ਇੱਕ ਸ਼ੁਭਕਰਨ ਸਿੰਘ ਉਹ 35 ਸਾਲ ਦਾ ਹੈਗਾ। ਇਹਨਾਂ ਦਾ ਜਿਹੜਾ ਪਿਛਲਾ ਕ੍ਰਿਮੀਨਲ ਰਿਕਾਰਡ ਹੈ, ਇੱਕ 'ਤੇ ਤਾਂ 3-4 ਪਰਚੇ ਭੁੱਕੀ ਦੇ ਦਰਜ ਨੇ, ਇੱਕ 'ਤੇ 3 ਪਰਚੇ ਦਰਜ ਹੈ, ਇੱਕ 'ਤੇ 1 ਪਰਚਾ ਦਰਜ ਹੈ ਪਹਿਲਾਂ ਐਨਡੀਪੀ ਸੈਟ ਦਾ। ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀਗੇ ਅਤੇ ਅੱਗੇ ਕਿਹਨੂੰ ਦੇਣੀ ਸੀ ਉਹਦੇ ਬਾਰੇ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ। ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿੱਤਾ ਇਹਨਾਂ ਦਾ। ਹਾਂ, ਪਹਿਲਾਂ ਵੀ ਇਹ ਸਮਰਾਲਾ ਏਰੀਏ ਦੇ ਰਹਿਣ ਵਾਲੇ, ਇੱਕ ਹਾਰੀਓ ਪਿੰਡ ਆ ਸਦਰ ਥਾਣੇ ਸਦਰ ਖੰਨੇ ਦਾ ਅਤੇ ਇੱਕ ਪਿੰਡ ਹੈਗਾ ਸਦਰ ਸਮਰਾਲੇ ਦਾ। ਸ਼੍ਰੀਮਾਨ ਐਸਐਸਪੀ ਅਵਨੀਤ ਕੁੰਡਲ ਆਈਪੀਐਸ ਐਸਐਸਪੀ ਖੰਨਾ ਦੇ ਰਹਿਮਰਾਈ ਥੱਲੇ ਲਗਾਤਾਰ ਜਿਹੜੇ ਅਗੇਂਸਟ ਡਰੱਗ ਵਾਰ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਕੱਲ੍ਹ ਐਸਐਚਓ ਸਿਟੀ 1 ਦੀ ਟੀਮ ਨੇ ਏਐਸਏ ਹਾਕਮ ਸਿੰਘ ਨੇ ਨਾਕਾ ਲਾਇਆ ਹੋਇਆ ਸੀਗਾ ਐਚਪੀ ਪੈਟਰੋਲ ਪੰਪ ਦੇ ਕੋਲ ਨੇੜੇ ਸ਼ਿਵ ਮੰਦਿਰ 'ਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ 3 ਬੰਦੇ ਟਰੱਕ ਦੇ ਵਿੱਚ ਭੁੱਕੀ ਲੈ ਕੇ ਆ ਰਹੇ ਨੇ ਤਾਂ ਇਮੀਡੀਏਟਲੀ ਉਹਨਾਂ ਨੇ ਐਫਆਈਆਰ ਦਰਜ ਕਰਕੇ ਅਤੇ ਇਹਨਾਂ ਨੂੰ ਰਾਊਂਡ ਅਪ ਕੀਤਾ ਅਤੇ ਉਹਨਾਂ 'ਚੋਂ 40 ਕਿਲੋ ਦੇ ਲਗਭਗ ਭੁੱਕੀ ਬਰਾਮਦ ਹੋਈ ਹੈ ਜਿਸ 'ਤੇ ਮੁਕੱਦਮਾ ਨੰਬਰ 52/10/4/24 ਨੂੰ ਅੰਡਰ ਸੈਕਸ਼ਨ 15/85 ਐਨਡੀਪੀਐਸ ਐਕਟ ਦਰਜ ਕੀਤਾ। ਇਹ ਕੈਮੀਕਲ ਨਾਲ ਭਰਿਆ ਹੋਇਆ ਟਰੱਕ ਸੀ, ਇਹਦੇ 'ਚੋਂ ਤਕਰੀਬਨ ਕੈਮੀਕਲ ਦੀਆਂ 1200 ਬੋਰੀ ਰੱਖੀ ਹੋਈ ਸੀ, ਵਿੱਚ ਹੀ ਇਹਨਾਂ ਨੇ ਉੱਪਰ ਕੈਬਨ ਦੇ ਲੁਕੋਗ ਕੇ 40 ਕਿਲੋ ਭੁੱਕੀ ਲੈ ਕੇ ਆ ਰਹੇ ਸੀ ਵੀ ਉਹਦੀ ਆੜ 'ਚ ਅਸੀਂ ਭੁੱਕੀ ਵੀ ਲੈ ਜਾਈਏ। ਇੱਕ ਤਾਂ ਹੈਗਾ ਇਹਨਾਂ 'ਚੋਂ 70 ਸਾਲ ਦਾ ਮੁਲਾਗਰ ਸਿੰਘ ਹੈਗਾ, ਇਹ 70 ਸਾਲ ਦਾ ਹੈਗਾ। ਇੱਕ ਇੰਦਰਜੀਤ ਹੈਗਾ ਉਹ 50 ਸਾਲ ਦਾ, ਇੱਕ ਸ਼ੁਭਕਰਨ ਸਿੰਘ ਉਹ 35 ਸਾਲ ਦਾ ਹੈਗਾ। ਇਹਨਾਂ ਦਾ ਜਿਹੜਾ ਪਿਛਲਾ ਕ੍ਰਿਮੀਨਲ ਰਿਕਾਰਡ ਹੈ, ਇੱਕ 'ਤੇ ਤਾਂ 3-4 ਪਰਚੇ ਭੁੱਕੀ ਦੇ ਦਰਜ ਨੇ, ਇੱਕ 'ਤੇ 3 ਪਰਚੇ ਦਰਜ ਹੈ, ਇੱਕ 'ਤੇ 1 ਪਰਚਾ ਦਰਜ ਹੈ ਪਹਿਲਾਂ ਐਨਡੀਪੀ ਸੈਟ ਦਾ। ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀਗੇ ਅਤੇ ਅੱਗੇ ਕਿਹਨੂੰ ਦੇਣੀ ਸੀ ਉਹਦੇ ਬਾਰੇ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ। ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿੱਤਾ ਇਹਨਾਂ ਦਾ। ਹਾਂ, ਪਹਿਲਾਂ ਵੀ ਇਹ ਸਮਰਾਲਾ ਏਰੀਏ ਦੇ ਰਹਿਣ ਵਾਲੇ, ਇੱਕ ਹਾਰੀਓ ਪਿੰਡ ਆ ਸਦਰ ਥਾਣੇ ਸਦਰ ਖੰਨੇ ਦਾ ਅਤੇ ਇੱਕ ਪਿੰਡ ਹੈਗਾ ਸਦਰ ਸਮਰਾਲੇ ਦਾ।